ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਮੇਰੀ ਓਵਰ ਰੇਟਸ ਵਾਲੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੇ ਉਸ ਵੀਡੀਓ 'ਚ ਤੁਸੀਂ ਬਹੁਤ ਭਰ-ਭਰ ਕੇ ਕਮੈਂਟਸ ਕੀਤੇ ਨੇ ਤੇ ਉਹ ਕਮੈਂਟਸ ਦੇ ਵਿੱਚ ਤੁਹਾਨੂੰ ਜਿਹੜੇ ਇਸ਼ੂਸ ਨੇ ਅੱਜ ਆਪਾਂ ਸਾਰੇ ਡਿਸਕਸ ਕਰਾਂਗੇ ਤੇ ਅੱਜ ਦੀ ਵੀਡੀਓ ਹੋਊਗੀ ਇਨਫੋਰਮੇਟਿਵ ਤੇ ਇਹਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਕਿ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਓਵਰ ਰੇਟਸ ਤੇ ਸਭ ਤੋਂ ਪਹਿਲਾਂ ਅਕਾਊਂਟ ਕਿੱਦਾਂ ਬਣਾਈਦਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਤੇ ਸਕੂਟਰ ਕਿੱਦਾਂ ਬਾਏ ਕਰੀਦਾ ਤੇ ਇ ਵੀਡੀਓ ਦੇ ਸਭ ਤੋਂ ਪਹਿਲਾਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜੂਗਾ ਤੇ ਤੁਸੀਂ ਉਸ ਲਿੰਕ ਤੇ ਟੈਪ ਕਰਨਾ ਇਹ ਮੇਰੀ ਆਪਣੀ ਆਈਡੀ ਦੇ ਥਰੂ ਰੈਫਰ ਕੀਤਾ ਲਿੰਕ ਆ ਕਿਉਂਕਿ ਜੇ ਆਪਾਂ ਰੈਫਰ ਕੀਤੇ ਹੋਏ ਲਿੰਕ ਤੋਂ ਆਈਡੀ ਬਣਾਈਏ ਤਾਂ ਉਹ ਜੇ ਤੁਸੀਂ ਡਾਇਰੈਕਟ ਬਣਾਨੇ ਉਹਦੇ ਨਾਲੋਂ ਫਾਸਟ ਬਣਦੀ ਆ ਤੇ ਇਹ ਲਿੰਕ ਤੇ ਤੁਸੀਂ ਟੈਪ ਕਰ ਲੈਣਾ ਤੇ ਇਦਾਂ ਦੀ ਸਕਰੀਨ ਤੁਹਾਡੇ ਸਾਹਮਣੇ ਖੁੱਲ ਜਾਨੀ ਆ ਫਿਰ ਤੁਸੀਂ ਟਾਈਪ ਟੈਪ ਕਰਨਾ ਸਾਈਨ ਅਪ ਟੂ ਡਿਲੀਵਰ ਉਸ ਤੋਂ ਬਾਅਦ ਇੱਥੇ ਭਰਨੀ ਆ ਤੁਸੀਂ ਆਪਣੀ ਈਮੇਲ ਆਈਡੀ ਇਹ ਮੇਰਾ ਫਰੈਂਡ ਆ ਮੈਂ ਉਹਦੀ ਆਈਡੀ ਬਣਾ ਰਿਹਾ ਫਿਰ ਇੱਥੇ ਤੁਸੀਂ ਈਮੇਲ ਆਈਡੀ ਪਾਣੀ ਆ ਜੀ ਓਕੇ ਉਸ ਤੋਂ ਬਾਅਦ ਤੁ ओके ओटीपी ਭਰ ਕੇ ਇੱਥੇ ਤੁਹਾਡਾ ਮੋਬਾਈਲ ਨੰਬਰ ਮੰਗੂਗੇ ਓਕੇ ਇੱਥੇ ਆਪਾਂ ओटीपी ਭਰਾਂਗੇ ਉਸ ਤੋਂ ਬਾਅਦ ਮੇਰਾ ਰੈਫਰਲ ਕੋਡ ਇੱਥੇ ਆਲਰੇਡੀ ਆ ਜਾਣਾ ਤੁਸੀਂ ਇਸ ਤੋਂ ਬਾਅਦ ਸਿੱਧਾ ਨੈਕਸਟ ਕਰੋਗੇ ਤੇ ਉਸ ਤੋਂ ਬਾਅਦ ਇੱਥੇ অপਸ਼ਨਸ ਆ ਜਾਣਗੇ ਤੇ ਤੁਸੀਂ ਆਪਣਾ ਅਕਾਊਂਟ ਕਿੱਦਾਂ ਕ੍ਰੀਏਟ ਕਰਨਾ ਤੇ ਇੱਥੇ ਸਭ ਤੋਂ ਮੇਨ ਗੱਲ ਸੁਣਨ ਨਾਲੀ ਜਿਹੜੀ ਧਿਆਨ ਨਾ ਆਪਾਂ ਸਭ ਤੋਂ ਪਹਿਲਾਂ ਆਪਣਾ ਅਕਾਊਂਟ ਸਾਈਕਲ ਤੇ ਕ੍ਰੀਏਟ ਕਰਨਾ ਕਿਉਂਕਿ ਜੇ ਆਪਾਂ ਸਕੂਟਰ ਤੇ ਕਰਦੇ ਆ ਜਾਂ ਕਾਰ ਤੇ ਕਰਦੇ ਆ ਉਹਦੇ ਲਈ ਆਪਾਂ ਨੂੰ ਚਾਹੀਦੀ ਐ ਇੰਸ਼ੋਰੈਂਸ ਦਾ ਸਭ ਤੋਂ ਪਹਿਲਾਂ ਸਾਰਿਆਂ ਨੇ ਆਪਣਾ ਅਕਾਊਂਟ ਸਾਈਕਲ ਤੋਂ ਸਟਾਰਟ ਕਰਨਾ ਬਾਕੀ ਜਦੋਂ ਤੁਸੀਂ ਸਕੂਟਰ ਜਾਂ ਕਾਰ ਲੈਣੇ ਹੋ ਤੇ ਕੋਈ ਬਹੁਤ ਵੱਡਾ ਪ੍ਰੋਸੈਸ ਨਹੀਂ ਹੈਗਾ ਉਹ ਇੱਕ ਦਿਨ ਦੇ ਵਿੱਚ ਹੀ ਤੁਹਾਡਾ ਅਪਡੇਟ ਹੋ ਜਾਣਾ ਜਦੋਂ ਤੁਸੀਂ ਕਾਰ ਲੈ ਲਈ ਤੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਤੁਹਾਡੇ ਤੋਂ ਪੁੱਛੀਆਂ ਜਾਣਗੀਆਂ ਸਭ ਤੋਂ ਪਹਿਲੇ ਨੰਬਰ ਤੇ ਹੈਗਾ ਜਿਹੜਾ ਦਾ ਡਿਲੀਵਰੀ ਪਾਰਟਨਰ ਓਨ ਬੋਰਡਿੰਗ ਪ੍ਰੋਸੈਸ ਇਹਦੇ ਵਿੱਚ ਮਤਲਬ ਉਹਨਾਂ ਨੇ ਟੈਪ ਕਰਕੇ ਕੁਝ ਕੁ ਵੀਡੀਓਜ਼ ਚੱਲਣਗੀਆਂ ਤੁਹਾਨੂੰ ਸਿਖਾਊਗੇ ਕਿੱਦਾਂ ਕਿੱਦਾਂ ਤੁਸੀਂ ਸਾਰੇ ਸਟੈਪਸ ਫੋਲੋ ਕਰਕੇ ਸੈਕਿੰਡ ਪੁਆਇੰਟ ਹੈਗਾ ਆਇਡੈਂਟੀਫਿਕੇਸ਼ਨ ਡਾਕੂਮੈਂਟਸ ਇਹਦੇ ਵਿੱਚ ਤੁਹਾਡੇ ਲੱਗਨੇ ਬੀਆਰਪੀ ਕਾਰਡ ਪ੍ਰੋਵੀਜ਼ਨਲ ਲਾਇਸੈਂਸ ਤੁਹਾਡਾ ਪਾਸਪੋਰਟ ਸ਼ੇਅਰ ਕੋਡ ਵੀ ਲੱਗਣਾ ਹੈ ਇਹਦੇ ਵਿੱਚ ਤੇ ਬਸ ਇਹੀ ਚਾਰ ਪ੍ਰੋਸੈਸ ਨੇ ਇਹਨਾਂ ਦੀ ਫਰੰਟ ਬੈਕ ਫਰੰਟ ਲੱਗਣੀ ਬੈਕ ਲੱਗਣੀ ਆ ਤੇ ਉਸ ਤੋਂ ਬਾਅਦ ਆ ਜਾਣੀ ਆਪਣੀ ਪ੍ਰੋਫਾਈਲ ਫੋਟੋ ਇੱਥੇ ਟੈਪ ਕਰਕੇ ਤੁਸੀਂ ਏਦਾਂ ਮਤਲਬ ਸਿੱਧਾ ਆਪਣੀ ਸੈਲਫੀ ਲੈ ਕੇ ਤੇ ਕੰਟੀਨਿਊ ਕਰ ਦਿਓ ਤੇ ਨਾਲੇ ਜਿਹੜੀ ਸੈਲਫੀ ਲਓਗੇ ਵਧੀਆ ਜਿਹੀ ਲਓ ਕਿਉਂ ਇਹ ਬਾਅਦ ਚ ਚੇਂਜ ਨਹੀਂ ਹੋਣੀ ਜਦੋਂ ਕਿਸੇ ਨੇ ਤੁਹਾਡੇ ਤੋਂ ਆਰਡਰ ਕਰਨਾ ਫੂਡ ਕੁਝ ਵੀ ਆਰਡਰ ਕਰਨਾ ਤੁਹਾਡੀ ਇਹੀ ਪ੍ਰੋਫਾਈਲ ਤੁਸੀਂ 1 ਮਨਸ ਦੀ ਜਿਹੜੀ ਵੀ ਤੁਹਾਡੀ ਬੈਂਕ ਆ ਬੈਂਕ ਦੇ ਵਿੱਚ ਆ ਜਾਂਦਾ ਆਪਸ਼ਨ ਸਟੇਟਮੈਂਟ ਦਾ ਉਹ ਤੁਸੀਂ ਕਰਕੇ ਪੀਡੀਐਫ ਫਾਈਲ ਇੱਥੇ ਅਪਲੋਡ ਕਰ ਦੇਣੀ ਤੇ ਉਸ ਤੋਂ ਬਾਅਦ ਜਿਹੜੇ ਨੀਚੇ ਆ ਬੈਕਗ੍ਰਾਉਂਡ ਚ ਇਹਦੇ ਵਿੱਚ ਵੀ ਤੁਹਾਡੀਆਂ ਪਰਸਨਲ ਡਿਟੇਲਸ ਹੋਣੀਆਂ ਲਾਈਕ ਤੁਹਾਡਾ ਡੇਟ ਆਫ ਬਰਥ ਤੁਹਾਡਾ ਐਡਰੈਸ ਲਾਸਟ ਤੁਸੀਂ 5 ਸਾਲ ਦਾ ਐਡਰੈਸ ਤੁਸੀਂ ਕਿੱਥੇ ਹੋ ਜਦੋਂ ਜੇ ਤੁਹਾਨੂੰ ਇੱਥੇ ਆਏ ਨੂੰ ਹਜੇ 3 ਮਹੀਨੇ ਹੋਏ ਜਾਂ 6 ਮਹੀਨੇ ਹੋਏ ਜਿਹੜਾ ਤੁਸੀਂ ਲਾਸਟ ਐਡਰੈਸ ਭਰੋਗੇ ਤੁਸੀਂ ਉਹ ਇੰਡੀਆ ਦਾ ਭਰ ਦੇਣਾ ਜਿਸ ਤੋਂ ਪਹਿਲਾਂ ਮੈਂ ਇੰਡੀਆ 'ਚ ਸੀਗਾ ਇਸ ਤਰੀਕ ਨੂੰ ਮੈਂ ਇੱਥੇ ਐਂਟਰ ਕੀਤਾ ਬਸ ਇਹ ਸਾਰੇ ਪ੍ਰੋਸੈਸ ਨੇ ਤੇ ਜਦ ਤਾਂ ਤੁਹਾਨੂੰ 7 ਦਿਨ ਵੀ ਲੱਗ ਸਕਦੇ ਆ 15 ਦਿਨ ਵੀ ਮਹੀਨਾ ਵੀ ਲੱਗ ਸਕਦਾ ਪਰ ਤੁਹਾਡਾ ਅਕਾਊਂਟ ਜ਼ਰੂਰ ਬਣੂਗਾ ਫਿਰ ਤੁਸੀਂ ਆਪਣੀ ਡਿਲੀਵਰੀ ਸ਼ੁਰੂ ਕਰ ਸਕਦੇ ਹੋ ਸਾਈਕਲ ਤੋਂ ਓਕੇ ਹੁਣ ਆਪਾਂ ਗੱਲ ਕਰਦੇ ਆ ਸਕੂਟਰ ਚਲਾਉਣ ਲਈ ਆਪਾਂ ਨੂੰ ਯੂਕੇ ਦੇ ਵਿੱਚ ਕਿਹੜਾ ਲਾਇਸੈਂਸ ਚਾਹੀਦਾ ਇਸ ਲਾਇਸੈਂਸ ਦਾ ਨਾਮ ਹੈਗਾ ਸੀਬੀਟੀ ਕੰਪਲਸਰੀ ਬੇਸਿਕ ਟ੍ਰੇਨਿੰਗ ਟੈਸਟ ਇਸ ਲਾਇਸੈਂਸ ਤੋਂ ਬਿਨਾ ਤੁਸੀਂ ਯੂਕੇ ਦੇ ਵਿੱਚ ਸਕੂਟਰ ਨਹੀਂ ਚਲਾ ਸਕਦੇ ਇਸ ਲਾਇਸੈਂਸ ਨੂੰ ਬਣਾਉਣ ਲਈ ਤੁਹਾਡੇ ਕੋਲ ਪ੍ਰੋਵੀਜ਼ਨਲ ਲਾਇਸੈਂਸ ਹੋਣਾ ਜ਼ਰੂਰੀ ਆ ਓਕੇ ਹੁਣ ਤੁਹਾਨੂੰ ਮੈਂ ਇਹਦੇ ਟੈਸਟ ਬਾਰੇ ਦੱਸ ਦਿਆਂ ਇਹਦੇ ਵਿੱਚ ਕੀ ਹੁੰਦਾ ਇਹ ਜਸਟ ਇੱਕ ਦਿਨ ਦਾ ਟੈਸਟ ਆ ਇਸ ਟੈਸਟ ਦੀ 175 ਪਾਉਂਡ ਤੇ ਬਾਕੀ ਜੇ ਤੁਸੀਂ ਇੰਸ਼ੋਰੈਂਸ ਕਰਾਉਂਦੇ ਹੋ ਤੇ ਤੁਹਾਨੂੰ ਲੱਗਦਾ ਤੁਸੀਂ ਇੱਕ ਦਿਨ ਦੇ ਵਿੱਚ ਨਹੀਂ ਕਰ ਸਕਦੇ ਤਾਂ ਤੁਸੀਂ 40 ਪਾਉਂਡਸ ਦੀ ਇੰਸ਼ੋਰੈਂਸ ਕਰਾ ਸਕਦੇ ਹੋ ਜੇ ਤੁਸੀਂ ਫਸਟ ਡੇ ਫੇਲ ਹੋ ਜਾਂਦੇ ਹੋ ਤਾਂ ਉਹ ਤੁਹਾਨੂੰ ਅਗਲੇ ਦਿਨ ਦੀ ਵੀ ਮਤਲਬ ਫ੍ਰੀ ਚ ਮਿਲ ਜੂਗੀ ਜੇ ਤੁਸੀਂ ਇੰਸ਼ੋਰੈਂਸ ਕਰਾਉਂਦੇ ਹੋ ਤਾਂ ਜੇ ਤੁਸੀਂ ਫੇਲ ਹੋ ਗਏ ਇੰਸ਼ੋਰੈਂਸ ਨਹੀਂ ਕਰਾਈ ਹੋਈ ਫਿਰ ਤੁਹਾਨੂੰ 175 ਦੁਬਾਰਾ ਪੇ ਕਰਨੇ ਪੈਣੇ ਓਕੇ ਵੈਸੇ ਮੈਂ ਤੁਹਾਨੂੰ ਦੱਸਦਾ ਇਹ ਕੋਈ ਕਰਨਾ ਕੋਈ ਓਕੀ ਗੱਲ ਨਹੀਂ ਹੈਗੀ ਕਿ ਇਸ ਟੈਸਟ ਦੇ ਵਿੱਚ ਇਦਾਂ ਹੁੰਦਾ ਜਦੋਂ ਆਪਾਂ ਪਹੁੰਚਾਂਗੇ ਸਭ ਤੋਂ ਪਹਿਲਾਂ ਉਹਨਾਂ ਨੇ ਸਾਡੇ ਤੋਂ ਪੁੱਛਣਿਆ ਰੋਡਸ ਦੇ ਸਾਈਨ ਤੇ ਉਹਦੇ ਤੋਂ ਉਹ ਤੁਸੀਂ ਸਟੱਡੀ ਕਰਕੇ ਜਾਇਓ ਠੀਕ ਆ ਉਹ ਤੁਸੀਂ ਗੂਗਲ ਤੇ ਲਿਖ ਦਿਓ ਯੂਕੇ ਰੋਡ ਸਾਈਨਸ ਹਨਾ ਤੇ ਉਹਦੇ ਥੋੜੀ ਬਹੁਤੀ ਸਟੱਡੀ ਕਰਕੇ ਜਾਓ ਪੰਜ ਛੇ ਪੁੱਛਣੇ ਬਸ ਉਹਨਾਂ ਨੇ ਜਿਆਦਾ ਨਹੀਂ ਉਦੇ ਵਿੱਚ ਨੋ ਐਂਟਰੀ ਜਿੱਦਾਂ ਯੂ ਟਰਨ ਨਹੀਂ ਮਾਰਨਾ ਬਸ ਐਦਾ ਦੇ ਕੁਐਸਚਨ ਸੁਣੇ ਆ ਤੇ ਤੁਸੀਂ ਦੱਸਦੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਦੱਸਣਾ ਕਿ ਆ ਹੈਲਮਟ ਦੀ ਕੈਟਾਗਰੀਜ਼ ਦੱਸਣੀ ਆ ਬੈਸਟ ਹੈਲਮਟ ਕਿਹੜਾ ਹੁੰਦਾ ਫਿਰ ਉਹਨਾਂ ਨੇ ਤੁਹਾਨੂੰ ਸ਼ੂਜ਼ ਬਾਰੇ ਦੱਸਣਾ ਬੈਸਟ ਸ਼ੂਜ਼ ਕਿਹੜੇ ਮਤਲਬ ਤੁਹਾਨੂੰ ਉਹਨਾਂ ਨੇ ਨਾ ਸਟੱਡੀ ਕਰਵਾਨੀ ਆ ਉਹਨਾਂ ਨੇ ਅੰਦਰ ਬਿਠਾ ਕੇ ਹੀ ਤੁਹਾਨੂੰ 3-4 ਘੰਟੇ ਸਟੱਡੀ ਕਰਵਾਨੀ ਆ ਤੇ ਅੰਦਰ ਹੀ ਫਿਰ ਉਹਨਾਂ ਨੇ ਤੁਹਾਡੇ ਕੋ ਡਰਾਈਵ ਕਰਵਾ ਕੇ ਦੇਖਣਾ ਪਹਿਲਾ ਕਿਹੜਾ ਤੁਹਾਨੂੰ ਸਲੋ ਚਲਾਓ ਹਾਂ ਤੇ ਸਲੋ ਡਰਾਈਵ ਕਰਨਾ ਫਿਰ ਫਾਸਟ ਕਰਨਾ ਫਿਰ ਯੂ ਟਰਨ ਮਾਰਨਾ ਅੰਦਰ ਉਹਨਾਂ ਦੀ ਜਿਹੜੀ ਸਪੇਸ ਬਣੀ ਹੋਊਗੀ ਟ੍ਰੇਨਿੰਗ ਵਾਲੀ ਟੈਸਟ ਵਾਲੀ ਤੇ ਉੱਥੇ ਉਹਨਾਂ ਨੇ ਸਾਡੇ ਕੋਲ ਟ੍ਰੇਨਿੰਗ ਲੈਣੀ ਪਹਿਲਾਂ ਤੇ ਤੁਸੀਂ ਉੱਥੇ 4 ਘੰਟੇ 3-4 ਘੰਟੇ ਪਹਿਲਾਂ ਡਰਾਈਵ ਕਰੋਗੇ ਤੇ ਜਦੋਂ ਉਹਨਾਂ ਨੇ ਦੇਖ ਲਿਆ ਕਿ ਹਾਂਜੀ ਤੁਹਾਡੀ ਟ੍ਰੇਨਿੰਗ ਡਾਨਾ ਸਾਰਿਆਂ ਦੀ ਫਿਰ ਉਹਨਾਂ ਨੇ ਤੁਹਾਨੂੰ ਰੋਡ ਤੇ ਲੈ ਕੇ ਜਾਣਾ ਤੇ ਉਹਨਾਂ ਨੇ ਰੋਡ ਤੇ ਜਿੱਦਾਂ ਇੱਕ ਤੁਸੀਂ ਹੋ ਇੱਕ ਤੁਹਾਡਾ ਹੋਰ ਕੋਈ ਜਦਾਂ ਮਤਲਬ ਉੱਥੇ ਦੋ ਦੋ ਲੈ ਜਾਣੇ ਉਹਨਾਂ ਨੇ ਪਰਸਨ ਇੱਕ ਤੁਸੀਂ ਤੇ ਕੋਈ ਹੋਰ ਬੰਦਾ ਜਿਹੜਾ ਸਿੱਖਣ ਆਇਆ ਹੋਊਗਾ ਤੇ ਤੁਹਾਡੇ ਤੋਂ ਪਿੱਛੇ ਹੋ ਕੇ ਟ੍ਰੇਨਰ ਠੀਕ ਆ ਤੇ ਤੁਹਾਡੇ ਤਿੰਨਾਂ ਤੁਹਾਡੇ ਤਿੰਨ ਤਿੰਨਾਂ ਦਾ ਇੰਟਰਕਮ ਮਾਈਕ ਕਨੈਕਟ ਹੋਊਗਾ ਤੇ ਤੁਸੀਂ ਇੱਕ ਦੂਜੇ ਨੂੰ ਸੁਣ ਪਾਉਂਗੇ ਤੇ ਤੁਹਾਨੂੰ ਇਨਸਟ੍ਰਕਟਰ ਨੇ ਨਾ ਇਹ ਆ ਯੂ ਟਰਨ ਇਦਾਂ ਮਾਰੀਦਾ ਤੁਹਾਨੂੰ ਮਤਲਬ ਪਹਿਲਾਂ ਇਨਸਟ੍ਰਕਟਰ ਨੇ ਸਿਖਾਣਾ ਆ ਇਨਸਟ੍ਰਕਟਰ ਨੇ ਪਹਿਲਾਂ ਤੁਹਾਡੇ ਅੱਗੇ ਰਹਿਣਾ ਤੁਸੀਂ ਦੋਨਾਂ ਨੇ ਉਹਨਾਂ ਨੂੰ ਪਿੱਛੇ ਰਹਿ ਕੇ ਫੋਲੋ ਕਰਨਾ ਪਹਿਲਾ ਇਨਸਟਰక్టర్ ਨੇ ਦੱਸਣਾ ਲੈਫਟ ਕਿੱਦਾਂ ਮੁੜਨਾ ਰਾਈਟ ਕਿੱਦਾਂ ਮੁੜਨਾ ਇੰਡੀਕੇਟਰ ਕਿੱਦਾਂ ਦੇਣਾ ਸਾਰਾ ਕੁਝ ਉਹਨੇ ਸਿਖਾਣਾ ਫਿਰ ਇਨਸਟਰక్టర్ ਨੇ ਤੁਹਾਨੂੰ ਦੋਨਾਂ ਨੂੰ ਅੱਗੇ ਕਰ ਦੇਣਾ ਇਨਸਟਰక్టర్ ਨੇ ਚੱਲ ਜਾਣਾ ਪਿੱਛੇ ਇਨਸਟਰక్టర్ ਨੇ ਤੁਹਾਨੂੰ ਆਰਡਰ ਦੇਣਾ ਤੇ ਤੁਸੀਂ ਉਹ ਆਰਡਰ ਫੋਲੋ ਕਰਕੇ ਲੈਫਟ ਜਾਂ ਰਾਈਟ ਮੁੜਨਾ ਇਦਾਂ ਦੀ ਟ੍ਰੇਨਿੰਗ ਆ ਓਕੇ ਇਹ ਹੀ ਸਾਰਾ ਕੁਝ ਉਹਨਾ ਟ੍ਰੇਨਿੰਗ ਤੇ ਰਾਉਂਡ ਅਬਾਊਟ ਉਹਨਾਂ ਨੇ ਕਰਵਾਉਣੀ ਲੈਫਟ ਰਾਈਟ ਦਾ ਦੱਸਣਾ ਕਿੱਦਾਂ ਮੁੜਨਾ ਕਿੱਦਾਂ ਨਹੀਂ ਇਹ ਸਾਰੀ ਤੁਹਾਡਾ ਟ੍ਰੇਨਿੰਗ ਦੇ ਵਿੱਚ ਹੋਊਗਾ ਇਹ ਵੀ ਜਦੋਂ ਮੈਂ ਕੀਤਾ ਸੀ ਮੈਂ ਆਪਣਾ ਪਰਸਨਲ ਦੱਸਦਾ ਮੈਨੂੰ ਉਹਨਾਂ ਨੇ 4 ਘੰਟੇ ਅੰਦਰ ਸਿ ਬਹੁਤ ਵਧੀਆ ਸੀਗੇ ਫਿਰ ਉਹ ਤਾਂ 2-2 ਘੰਟੇ ਉਹਨਾਂ ਨੇ ਬਾਹਰ ਮੇਰਾ ਟੈਸਟ ਲਿਆ ਤੇ ਜਦੋਂ ਮੈਨੂੰ ਵਾਪਸ ਆਏ ਉਦੋਂ ਉਹਨਾਂ ਨੇ ਦੱਸਣਾ ਕਿ ਤੁਸੀਂ ਪਾਸ ਹੋ ਹਨਾ ਉਦੋਂ ਉਹਨਾਂ ਨੇ ਸਾਨੂੰ ਨੋਟ ਕਰੀ ਜਾਣਾ ਬਾਕੀ ਆਪਾਂ ਸਾਰਿਆਂ ਨੇ ਯਾਰ ਈਜ਼ੀ ਆ ੜੀ ਵੱਡੀ ਗੱਲ ਨਹੀਂ ਕੋਈ ਸਾਰਿਆਂ ਨੇ ਚਲਾਏ ਹੁੰਦਾ ਸਕੂਟਰ ਆਪਾਂ ਤਾਂ ਯਾਰ ਮੋਟਰਸਾਈਕਲ ਗੇਅਰਾਂ ਵਾਲੇ ਚਲਾ ਲੀਦੇ ਇੱਥੇ ਤਾਂ ਆਟੋਮੈਟਿਕ ਸਕੂਟਰ ਹੀ ਆ ਜਿਹੜੀ ਹੁੰਦੀ ਆ ਹਨਾ ਕੋਈ ਔਖੀ ਗੱਲ ਨਹੀਂ ਹੈਗੀ ਆਪਣੇ ਲਈ ਜਦੋਂ ਆਪਾਂ ਵਾਪਸ ਆਵਾਂਗੇ ਟੈਸਟ ਦੇ ਕੇ ਫਿਰ ਉਦੋਂ ਉਹਨਾਂ ਨੇ ਆ ਕੇ ਤੁਹਾਨੂੰ ਦੱਸਣਾ ਕਿ ਤੁਸੀਂ ਪਾਸ ਹੋ ਜਾਂ ਫੇਲ ਹੋ ਜੇ ਤੁਸੀਂ ਫੇਲ ਹੋਏ ਫਿਰ ਉਹਨਾਂ ਨੇ ਦੱਸਣਾ ਤੁਹਾਡ ਹੋਗੇ ਜੋ ਹੀ ਸਾਰੇ ਜਣੇ ਤੇ ਜਦੋਂ ਤੁਸੀਂ ਆਣਾ ਵਾਪਸ ਹੋਣਾ ਨੇ ਇੱਕ ਸਰਟੀਫਿਕੇਟ ਦੇ ਲੈਣਾ ਉੱਤੇ ਲਿਖਿਆ ਹੋਣਾ ਕਿ ਤੁਸੀਂ ਪਾਸ ਹੋ दैट्स ਇ ਤੁਹਾਡਾ ਸੀਬੀਟੀ ਟੈਸਟ ਕੰਪਲੀਟ ਹੋ ਗਿਆ ਇੰਨੀ ਇੱਕ ਗੇਮ ਆ ਸਾਰੀ ਸੀਬੀਟੀ ਟੈਸਟ ਕਲੀਅਰ ਕਰਨ ਦੀ ਕੋਈ ਵੱਡੀ ਗੱਲ ਨਹੀਂ ਈਜ਼ੀ ਆ ਬਹੁਤ ਈਜ਼ੀ ਆ ਮਤਲਬ ਓਕੇ ਹੁਣ ਆਪਾਂ ਗੱਲ ਕਰਦੇ ਆ ਸਕੂਟਰ ਬਾਏ ਕਿੱਥੋਂ ਕਰਨਾ ਤੇ ਜਿੱਥੇ ਮੈਂ ਰਹਿਣਾ ਵੈਸੇ ਆਪਣੇ ਜਿੱਥੇ ਆਪਾਂ ਹਰ ਸਿਟੀ ਦੇ ਵਿੱਚ ਕੋਈ ਨਾ ਕੋਈ ਸਕੂਟਰ ਦੀ ਦੁਕਾਨ ਹੁੰਦੀ ਆ ਆਪਾਂ ਗੂਗਲ ਤੇ ਸਿੰਪਲੀ ਲਿਖਨਾ ਮੋਟਰਬਾਈਕ ਸ਼ਾਪਸ ਨੇਅਰ ਮੀ ਹਨਾ ਜਾਂ ਸਰਵਿਸ ਸਟੇਸ਼ਨ ਨੇਅਰ ਮੀ ਤੇ ਉੱਥੇ ਹੀ ਆਪਾਂ ਨੂੰ ਅਵੇਲੇਬਲ ਮਿਲ ਜੂਗੀ ਬਾਕੀ ਜਿੱਥੇ ਮੈਂ ਰਹਿਣਾ ਮੈਂ ਬਰਮਿੰਗਮ ਰਹਿਣਾ ਤੇ ਤੇ ਸਮੈਥਿਕ ਦੇ ਵਿੱਚ ਇੱਕ ਹੈਗਾ ਐਲੈਕਸ ਮੋਟਰਬਾਈ ਤੇ ਮੈਂ ਉਹਦਾ ਨਾਮ ਸਕਰੀਨ ਤੇ ਦੱਸ ਦੂੰਗਾ ਤੇ ਜੇ ਤੁਸੀਂ ਇੱਥੇ ਨੇੜੇ-ਤੇੜੇ ਰਹਿੰਦੇ ਹੋ ਕਿਤੇ ਇਹਨਾਂ ਕੋ ਯੂਜ਼ਡ ਬਾਈਕਸ ਖੜੀਆਂ ਹੁੰਦੀਆਂ 1000 ਤੋਂ ਸਟਾਰਟ ਤੇ 2000 ਤੱਕ ਜਾਂਦੀ ਆ ਤੇ ਇਹਨਾਂ ਦੀ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗਦੀ ਆ ਕਿਉਂਕਿ ਇਹ 3 ਮਹੀਨੇ ਦੀ ਗਾਰੰਟੀ ਦਿੰਦੇ ਆ ਯੂਜ਼ਡ ਬਾਈਕ ਤੇ ਬਾਕੀ ਇਹ ਇਨਸਟਾਲਮੈਂਟਸ ਵੀ ਕਰ ਲੈਂਦੇ ਆ ਤੇ ਬਾਕੀ ਜੇ ਉਸ ਤੋਂ ਇਲਾਵਾ ਤੁਸੀਂ ਦੇਖਣੀ ਆ ਬਾਈਕ ਤਾਂ ਫੇਸਬੁੱਕ ਮਾਰਕੀਟਪਲੇਸ ਹੈਗੀ ਆ ਉਹ ਵੀ ਤੁਸੀਂ ਤਾਂ ਲਿਓ ਜੇ ਤੁਹਾਡੇ ਕਿਤੇ ਨੇੜੇ ਤੇੜਿਆ ਯੂਜ਼ ਕਰਕੇ ਹਨਾ ਪੂਰਾ ਦੇਖ ਪਰਖ ਕੇ ਲਿਓ ਬਾਈਕ ਤੇ ਬਾਕੀ ਹੋਰ ਇੱਥੇ ਇੱਕ ਐਪ ਵੀ ਆ ਆਟੋ ਟ੍ਰੇਡਰ ਨਾਮ ਦਾ ਤੇ ਤੁਸੀਂ ਉਹ ਤੋਂ ਵੀ ਬਾਈਕ ਲੈ ਸਕਦੇ ਹੋ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਪੂਰਾ ਡਿਸਕ੍ਰਿਪਸ਼ਨ ਚ ਜਾ ਕੇ ਜੋ-ਜੋ ਚੀਜ਼ਾਂ ਖਰਾਬ ਹੁੰਦੀਆਂ ਜਾਂ ਕਿਹੜਾ ਮਾਡਲ ਆ ਕਦੋਂ ਖਰੀਦੀ ਬੰਦੇ ਨੇ ਕਿ ਕਿਸੇ ਹੋਰ ਸ਼ਹਿਰ ਦੇ ਵਿੱਚ ਆ ਉਹ ਡਿਲੀਵਰੀ ਵੀ ਕਰ ਦਿੰਦੇ ਆ ਆਪਣੇ ਘਰੇ ਵੀ ਡਿਲੀਵਰ ਹੋ ਜਾਂਦੀ ਆ ਜੇ ਤੁਸੀਂ ਦੂਰ ਵੀ ਰਹਿੰਦੇ ਹੋ ਬਾਕੀ ਜਿਹੜਾ ਮੈਂ ਤੁਹਾਨੂੰ ਨਾਮ ਦੱਸਿਆ ਸ਼ਾਇਦ ਇਹ ਵੀ ਕਰਦੇ ਹੋਣ ਮੈਂ ਕਨਫਰਮ ਨਹੀਂ ਹੈਗਾ ਤੇ ਬਾਕੀ ਜੇ ਤੁਸੀਂ ਜਾ ਕੇ ਲੋ ਚਲਾ ਕੇ ਦੇਖੋ ਇਹ ਸਭ ਤੋਂ ਬੈਸਟ অপਸ਼ਨ ਆ ਓਕੇ ਤੇ ਹੁਣ ਆਪਾਂ ਗੱਲ ਕਰਦੇ ਆ ਇੰਸ਼ੋਰੈਂਸ ਦੀ ਜੇ ਆਪਾਂ ਸਕੂਟਰ ਡਰਾਈਵ ਕਰਨਾ ਸਕੂਟਰ ਜਾਂ ਕਾਰ ਕਾਰ ਤੇ ਓਬਰੇਡਸ ਕਰਨੀਆਂ ਤਾਂ ਉਹਦੇ ਲਈ ਆਪਾਂ ਨੂੰ ਚਾਹੀਦੀ ਆ ਇੰਸ਼ੋਰੈਂਸ ਤੇ ਇੰਸ਼ੋਰੈਂਸ ਸਪੈਸ਼ਲ ਹੁੰਦੀ ਆ ਉੱਤੇ ਲਿਖਿਆ ਹੋਣਾ ਚਾਹੀਦਾ ਇੰਸ਼ੋਰੈਂਸ ਤੇ ਕਿ ਇਹ ਓਬਰੇਡਸ ਦੀ ਆ ਜਾਂ ਜਸਟ ਰਿਡ ਦੀ ਆ ਓਕੇ ਤੇ ਇਹ ਇੰਸ਼ੋਰੈਂਸ ਸਾਨੂੰ ਮਿਲਨੀ ਆ Z E G O ਮੈਥ ਲੋਗੋ ਲਗਾ ਦੂੰਗਾ ਸਕਰੀਨ ਤੇ ਤੇ ਇਸ ਐਪ ਤੋਂ ਤੁਹਾਨੂੰ ਇੰਸ਼ੋਰੈਂਸ ਮਿਲਣੀ ਆ ਇੱਥੇ ਸਿੰਪਲੀ ਕੀ ਕਰਨਾ ਜਦੋਂ ਤੁਸੀਂ ਇਹਨੂੰ ਇਨਸਟਾਲ ਕਰੋਗੇ ਤੇ ਤੁਹਾਡੇ ਸਾਹਮਣੇ ਸਕਰੀਨ ਆ ਗਈ ਜਿਹੜੀ ਉੱਤੇ ਤੁਹਾਡੀ ਪਰਸਨਲ ਡਿਟੇਲਸ ਪੁੱਛੂਗੇ ਤੁਹਾਡਾ ਨੇਮ ਡੇਟ ਆਫ ਬਰਥ ਇਹ ਸਭ ਕੁਝ ਪੁੱਛੂਗੇ ਤੇ ਜਦਾਂ ਜਿਹੜੀ ਤੁਸੀਂ ਬਾਈਕ ਲੈਣੀ ਆ ਉਹਦਾ ਉਹਦੀ ਨੰਬਰ ਪਲੇਟ ਪੁੱਛੂਗੇ ਬਾਕੀ ਜਦਾਂ ਸਾਨੂੰ ਐਸਟੀਮੇਟਲੀ ਦੱਸਦਣਾ ਤੇ ਜਦਾਂ ਤੁਹਾਡੇ ਕੋਲ ਬਾਈਕ ਨਹੀਂ ਹੈਗੀ ਤੁਸੀਂ ਕਿਤੇ ਆਨਲਾਈਨ ਦੇਖਦੇ ਹੋ ਜਾਂ ਫੇਸਬੁੱਕ ਮਾਰਕੀਟਪਲੇਸ ਤੇ ਦੇਖਦੇ ਹੋ ਤੁਸੀਂ ਉੱਥੋਂ ਉਹਦਾ ਨੰਬਰ ਦੇਖ ਕੇ ਤੇ ਤੁਸੀਂ ਜਦੋਂ ਆਪਣਾ ਇੰਸ਼ੋਰੈਂਸ ਚੈੱਕ ਕਰਨੀ ਆ ਤੁਸੀਂ ਉੱਤੇ ਫਿਲ ਕਰ ਦੇ अपना सारा प्रोसेस ਕਰ ਲਿਓ ਤੇ ਐਂਡ ਤੇ ਜਦੋਂ ਤੁਸੀਂ ਪਹੁੰਚੋਗੇ ਉੱਥੇ ਤੁਹਾਡੇ ਕੋਲ ਦੋ ਤਿੰਨ ਤਰ੍ਹਾਂ ਦੀ ਇੰਸ਼ੋਰੈਂਸ ਆ ਜਾਣੀ ਆ ਤਿੰਨ ਇੰਸ਼ੋਰੈਂਸ ਤਿੰਨ ਤਰ੍ਹਾਂ ਦੀ ਹੁੰਦੀਆਂ ਨੇ ਥਰਡ ਪਾਰਟੀ ਓਨਲੀ ਥਰਡ ਪਾਰਟੀ ਫਾਇਰ ਐਂਡ ਥੈਫਟ ਐਂਡ ਫੁੱਲੀ ਕੰਪਰੀਹੈਂਸਿਵ ਤੇ ਥਰਡ ਪਾਰਟੀ ਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਕਿਸੇ ਦੀ ਬਾਈਕ ਨੂੰ ਨੁਕਸਾਨ ਪਹੁੰਚਾਤਾ ਕੰਪਨੀ ਉਹਨੂੰ ਕਵਰ ਕਰੂਗੀ ਥਰਡ ਪਾਰਟੀ ਫਾਇਰ ਐਂਡ ਥੈਫਟ ਵਾਲਾ ਇਹਦੇ ਵਿੱਚ ਜਦੋਂ ਤੁਹਾਡੀ ਬਾਈਕ ਨੂੰ ਫਾਇਰ ਦਾ ਕੋਈ ਨੁਕਸਾਨ ਹੁੰਦਾ ਜਾਂ ਤੁਹਾਡੀ ਬਾਈਕ ਚੋਰੀ ਹੋ ਜਾਂਦੀ ਆ ਇਹ ਵੀ ਉਹਦੇ ਵਿੱਚ ਕਵਰ ਹੋਊਗਾ ਇੱਥੇ ਮੇਰਾ ਫਰੈਂਡ ਉਹਨੂੰ ਪੁੱਛਿਆ ਸੀ ਮੈਂ ਚੋਰੀ ਹੋ ਗਈ ਸੀ ਤੇ ਕੰਪਨੀ ਵਾਲਿਆਂ ਨੇ ਉਹਨੂੰ ਨਵੀਂ ਬਾਈਕ ਦਿੱਤੀ ਤੇ 1500 ਪੁਆਇੰਟ ਦੀ ਮਤਲਬ ਵਧੀਆ ਪ੍ਰਾਈਸ ਦੀ ਨਵੀਂ ਬਾਈਕ ਦੇ ਦਿੱਤੀ ਸੀ ਉਹਨੂੰ ਤੇ ਜਿਹੜਾ ਫੁੱਲੀ ਕੰਪਰੀਹੈਂਸਿਵ ਆ ਇਹਦੇ ਵਿੱਚ ਸਾਰੀ ਗੱਲਾਂ ਜਿਹੜੇ ਪਹਿਲੇ ਪੁਆਇੰਟਸ ਮੈਂ ਕਵਰ ਕੀਤੇ ਨੇ ਉਹ ਸਾਰੇ ਇਹਦੇ ਵਿੱਚ ਨੇ ਤੁਹਾਡੀ ਬਾਈਕ ਨੂੰ ਕੋਈ ਨੁਕਸਾਨ ਹੁੰਦਾ ਚੋਰੀ ਹੁੰਦੀ ਜੇ ਸਦੀ ਬਾਈਕ ਨੂੰ ਨੁਕਸਾਨ ਹੁੰਦਾ ਇਹ ਸਭ ਕੁਝ ਫੁੱਲੀ ਕੰਪਰੀਹੈਂਸਿਵ ਦੇ ਵਿੱਚ ਕਵਰ ਆ ਤੇ ਇਹ ਤੇ ਪ੍ਰਾਈਸਿੰਗ ਚ ਡਿਫਰੈਂਸ ਆ ਜੇ ਤਿੰਨ ਪਾਰਟਸ ਨੇ ਤਾਂ ਇਹਨਾਂ ਦੇ ਪ੍ਰਾਈਸੇਸ ਵੀ ਤਿੰਨ ਤਰ੍ਹਾਂ ਦੇ ਨੇ ਜਿਹੜਾ ਥਰਡ ਪਾਰਟੀ ਓਨਲੀ ਆ ਉਹ ਸਭ ਤੋਂ ਸਸਤੀ ਆ ਥਰਡ ਪਾਰਟੀ ਐ ਬਾਕੀ ਜਦਾਂ ਇੱਥੇ ਜਿਹੜੀ ਇੰਸ਼ੋਰੈਂਸ ਦਾ ਪ੍ਰਾਈਸ ਆ ਤੇ ਉਹ ਉਹਦੇ ਤੇ ਡਿਪੈਂਡ ਕਰਦਾ ਆਪਣੀ ਏਜ ਤੇ ਜਿੱਥੇ ਤੱਕ ਮੈਂ ਨੋਟਿਸ ਕੀਤਾ ਜਦਾਂ ਮੈਂ ਤੁਹਾਨੂੰ ਐਸਟੀਮੇਟ ਦੱਸ ਦਵਾਂ ਪ੍ਰਾਈਜ਼ਿੰਗ ਦਾ ਏਜ ਦੇ ਹਿਸਾਬ ਨਾਲ ਤੇ ਜਿਹੜੀ ਏਜ ਹੈਗੀ ਆਪਣੀ 22 ਤੋਂ 25 ਵਾਲੀ ਏਜ ਇਹਨਾਂ ਦਾ ਹੋਊਗਾ 180 ਟੂ 200 ਪਰ ਮੰਥ ਮਹਿੰਗੀ ਹੋਵੇ ਇਹ ਪਰ ਮੰਥ ਦੇ ਹਿਸਾਬ ਨਾਲ ਓਕੇ ਜਿਹੜੀ ਮੈਂ ਪ੍ਰਾਈਸਿੰਗ ਦੀ ਗੱਲ ਕਰ ਰਿਹਾ ਥਰਡ ਪਾਰਟੀ ਦੀ ਆ ਤੇ ਓਕੇ ਜੇ ਜਿਹਦੀ ਏਜ ਹੈਗੀ ਆ 27 ਟੂ 30 ਤੇ ਉਹਨਾਂ ਦੀ ਇਹੀ ਵਾਲੀ ਇੰਸ਼ੋਰੈਂਸ 140 ਟੂ 150 ਆ ਇਹ ਜਿੱਦਾਂ ਨੇ ਇੰਸ਼ੋਰੈਂਸ ਤੇ ਮਤਲਬ ਏਜ ਦੇ ਹਿਸਾਬ ਨਾਲ ਮੈਟਰ ਕਰਦੀ ਹੈ ਚੀਜ਼ ਬਾਕੀ ਹੁਣ ਤੁਸੀਂ ਸੋਚਦੇ ਹੋਣੇ ਇੰਸ਼ੋਰੈਂਸ ਬਹੁਤ ਮਹਿੰਗੀ ਆ ਮੰਥਲੀ ਨਵੀਂ ਅੱਧੀ ਸੋਚਦਾ ਹੁੰਦਾ ਸੀਗਾ ਪਰ ਜੇ ਤੁਸੀਂ ਕਰਨਾ ਫੁੱਲ ਟਾਈਮ ਹੈ ਹਨਾ ਤੇ ਜਿਹੜੇ 200 ਪਾਉਂਡ ਆ ਤੁਸੀਂ ਪਹਿਲੇ 3-4 ਦਿਨਾਂ ਚ ਕੱਢ ਲੈਣੇ ਆ ਬਾਕੀ ਤੁਹਾਡੇ ਕੋਲ ਪੂਰਾ ਮਹੀਨਾ ਪਿਆ ਕਮਾਉਣ ਲਈ ਤੁਸੀਂ ਇਹ ਸੋਚ ਕੇ ਚੱਲੋ ਜੇ ਤੁਸੀਂ ਵੀਕ ਦੇ 450 ਜਾਂ 500 ਪਾਉਂਡ ਕਮਾ ਰਹੇ ਹੋ ਤਾਂ 200 ਪਾਉਂਡ ਕੱਢਣੋਂ ਕੋਈ ਵੱਡੀ ਗੱਲ ਨਹੀਂ ਹੈ ਕਿ ਬਾਕੀ ਜੇ ਤੁਸੀਂ ਇਸ ਸਕੂਟਰ ਨੂੰ ਉਦ ਦਾ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਕਿਤੇ ਜਾਣਾ ਹਨਾ ਮਤਲਬ ਕੋਈ ਵੱਡੀ ਗੱਲ ਨਹੀਂ ਹੈਗੀ ਏ ਸੀ ਆਪਣੀ ਅੱਜ ਦੀ ਵੀਡੀਓ ਬਾਕੀ ਤੁਸੀਂ ਨਾ ਵੀਡੀਓ ਦੇ ਨੀਚੇ ਕਮੈਂਟ ਕਰਿਆ ਕਰੋ ਤੇ ਮੈਨੂੰ ਦੱਸ ਦਿਆ ਕਰੋ ਕਿ ਤੁਹਾਡੇ ਕੀ ਕੁਐਸਚਨਸ ਨੇ ਤੇ ਮੈਂ ਕੋਸ਼ਿਸ਼ ਕਰੂੰਗਾ ਨੈਕਸਟ ਵੀਡੀਓ ਚ ਮੈਂ ਉਹ ਵਾਲੇ ਕੁਐਸਚਨਾਂ ਤੇ ਬਣਾਉਣ ਦੀ ਕੋਸ਼ਿਸ਼ ਕਰਾਂ ਬਾਕੀ ਜਿਹੜੇ ਤੁਹਾਡੇ ਮੇਨ 4-5 ਕੁਐਸਚਨਸ ਸਿਗੇ ਮੈਂ ਸਾਰੇ ਇਸ ਵੀਡੀਓ ਚ ਕਵਰ ਕਰਕੇ ਚੱਲੇ ਆ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਮੇਰੇ ਚੈਨਲ ਰੋਬਿਨ ਮੇਰਾ ਵਲੋਗਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਤੁਸੀਂ ਬੈਕਗ੍ਰਾਉਂਡ ਦੇਖ ਰਹੇ ਹੋਣੇ ਪਿੱਛ ਉਹ ਦਾ ਪਲੇ ਬਟਨ ਦੇਖ ਰਹੇ ਹੋ ਨੇ ਤੁਸੀਂ ਪਿੱਛੇ ਸੋ ਅੱਜ ਦੀ ਵੀਡੀਓ ਨੂੰ ਇੱਥੇ ਆਪਾਂ ਸਮਾਪਤ ਕਰਦੇ ਆਂ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਟੰਗਾ ਫ